ਸਤਿਪਾਲ ਚੱਕ ਖੱਤਰੀ ਵਾਲੇ ਜ਼ਿਕਰ ਕਰਨ ਪਏ ਫੋਨ ਬਾਅਦ ਕਿਬਲਾ ਮੁਹੰਮਦ ਸਕਲੈਨ ਗੱਲ ਸ਼ਾਹ ਸਾਹਿਬ ਤੋਂ ਬਾਅਦ ਸਕਲੈਨ ਆਬਾਦ ਗਲੂ ਸਾਹਿਬ ਪੜਸਨ, ਉਹਨਾਂ ਤੋਂ ਬਾਅਦ ਕੈਸਰ ਅਬਾਸ ਭੱਟੀ ਸਾਹਿਬ ਉਹ ਪੜਸਨ, ਉਹਨਾਂ ਤੋਂ ਬਾਅਦ ਸੈਯਦ ਮੁਦੱਸਰ ਨਿਆਜ਼ ਸ਼ਾਹ ਸਾਹਿਬ ਉਹ ਪੜਸਨ, ਬਾਅਦ ਜਿਹੜੇ ਜਿਹੜੇ ਜ਼ਾਕਿਰ ਮੌਲਾ ਦੇ ਆਵੇ ਸਨ ਉਹ ਪੜਸਨ, ਅਖੀਰ 'ਤੇ ਸੈਯਦ ਆਮਿਰ ਅਬਾਸ ਸ਼ਾਹ ਸਾਹਿਬ ਰਬਾਨੀ ਬਖੇਰ ਵਾਲੇ ਉਹ ਪੜਸਨ। ਇਨਸ਼ਾ ਅੱਲਾਹ ਤਕਰੀਬਨ 6 ਵਜੇ ਮਜਲਿਸ ਦਾ ਇਖਤਤਾਮ ਥੀਵੇ ਸੀ। ਜਿਹੜੇ ਮੋਮਿਨ ਮਵਾਲੀ ਅਜ਼ਾਦਾਰ ਟੁਰਾਵੇ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰੇਂਦਾ ਜੋ ਮੌਲਾ ਇਮਾਮ ਹੁਸੈਨ ਮੈਕੂ ਇਤਦਾ ਵਿਛਾਉਣ ਦੀ ਤੌਫੀਕ ਅਦਾ ਕੀਤਾ। ਮੌਲਾ ਤੋਂ ਵਸਤਾ بسم اللہ الرحمن اللہم کن ولیکا حجت ابن الحسن عسکری علیہ الصلاۃ والسلام صلوات علیہ والا ابائہ فی ہذہ الساعۃ وفی کل ساعۃ ولیم وحفظم وقائدم وناصرم دلیلم وائنا حتی تسکنہ ارزقہ طوعا وتمتعہ فیہ طویلا یا رب الحسین بحق الحسین گناہ معاف فرما، یا رب الحسین بحق الحسین شاہ صاحبان دی سعی و محنت حاضرین مجلس تے ٹرایا قبول فرما، بیماراں نوں صحت مقروضین دے قرض ادا فرما، پورا شوب زمانہ ہر شریف دی عزت محفوظ فرما، علی ولی اللہ پڑھن والوں دی محافظت فرما، اللہم صلی علی محمد و آل محمد، حسین جگدا اباد شاہ تھوڑا تھوڑا اگے ہو جاؤ نا این ایک ایک فٹ تاکہ پیچھے آنے والے انہوں تکلیف نہ ہوئے، این بیٹھی بیٹھی جاتے ہولے ہولے، حسین جگ دا او بادشاہ ہے زمانے بھر تے جیندی عطا ہے، حسین جگ دا او بادشاہ ہے زمانے بھر تے جیندی عطا ہے، خدا دے پکڑے حسین چھوڑے اجاں وی پچھدا ہے حسین کیا ہے، بڑی مہربانی میں نہ کراں، علیم ولی اللہ سارے بولو میں نوکراں جی، حسین علیم ولی اللہ، حسین جگ دا او بادشاہ ہے زمانے بھر تے جیندی عطا ہے، خدا دے پکڑے حسین چھوڑے اجاں وی پچھدا ہے حسین کیا ہے، صلاة و سلام
ਟਾਈਮ ਦਾ ਮੁਹਤਾਜ ਹੈ ਅਤੇ ਨਾ ਮਜਮੇ ਦਾ ਮੁਹਤਾਜ ਹੈ, ਕਿਉਂਕਿ ਕੁਰਾਨ ਦੇ ਵਾਰਸਾਂ ਦਾ ਜ਼ਿਕਰ ਹੈ ਔਰ ਰੂਹ ਨਮਾਜ਼ ਦਾ ਜ਼ਿਕਰ ਹੈ। ਮੇਰਾ ਦਿਲ ਚਾਹੁੰਦਾ ਆਪਣੇ ਵਕਤ 'ਚ ਸਫ਼ਰ ਜ਼ਿਆਦਾ ਕਰਨਾ ਹੈ, ਪਰ ਮਜਲਿਸ ਇੰਨੇ ਪੜਸਾਂ ਜਿਵੇਂ ਨਮਾਜ਼ੀ ਨਮਾਜ਼ ਪੜ੍ਹਦਾ ਹੈ। ਹੁਣ ਮੇਰਾ ਦਿਲ ਹੈ ਤੁਸੀਂ ਬਾ ਜਮਾਤ ਪੜ੍ਹਨਾ ਚਾਹੁੰਦੇ ਹੋ, ਇੱਕ ਸਲਵਾਤ ਇੰਜ ਪੜ੍ਹੋ ਜਿਵੇਂ ਅੱਲਾ ਇਸ ਘਰ 'ਤੇ ਸਲਵਾਤ ਪੜ੍ਹਦਾ ਹੈ। ਕੋਈ ਜ਼ਮੀਨ ਹੈ ਟਕਰਾ ਕੇ ਦੇਖ ਲੈ ਅੱਬਾ।
कलंदर के हाथ में। दर्जात बुलंद करे मेरे बुजुर्गों दे बाबा खादम शाह ठत्ती वाले दे बुजुर्गो मैं नौकर मैं नौकर एक औरत इरादा कीते मैं हुसैन दे सर को पत्थर मारा जाग यार अली दी धी दमूद पाते फिर रोकिया दी अब्बास मैं ज़ैनब वाह वाह गाजी जे पत्थर लगा मैं माफ न करे सा जना इजाजत मिली है अब्बास दा थारू डे उच्चा रुका
ਸ਼ਾਮ ਦੇ ਵਿੱਚ ਅੱਜ ਹੁਕਮ ਦਿੱਤਾਈ ਮਰਹਬਾ ਤੇ ਇੰਜ ਕਰ ਪਲ ਚਾ ਸੱਯਦ ਹੋ ਕੇ ਦੁਆ ਕਰੇ ਨਾ ਆਪਣੇ ਕਹੇ ਕੰਮ ਵਿੱਚ ਨਾ ਰੋਵੋ ਇੰਨੇ ਹੱਕ ਬਣਦਾ ਹੈ ਸ਼ਰੀਫਾਂ ਦਾ ਜ਼ਿਕਰ ਮੈਂ ਸਾਰਾ ਦਿਨ ਜੋ ਪੜ੍ਹਾਂ ਜਿੱਥੇ ਅਲੀ ਦੇ ਪੁੱਤਰਾਂ ਨਹੀਂ ਆਵਣਾ ਉੱਥੇ ਧੀ ਆ ਖੜੀ ਮੈਂ ਨੌਕਰ ਪਤਾ ਨਹੀਂ ਆਸਮਾਨ ਜ਼ਮੀਨ 'ਤੇ ਕਿਉਂ ਨਾ ਆਇਆ ਜ਼ਮੀਨ ਫਟ ਕਿਉਂ ਨਾ ਗਈ ਕੁਜਾ ਅਲੀ ਦੀ ਧੀ ਕੁਜਾ ਹੱਥ 'ਚ ਕੜੀਆਂ ਮੈਂ ਸਦਕ ਹੋ ਜਾਵਾਂ ਇਹ ਉਸ ਭੈਣ ਦੀ ਹਸਰਤ ਹੈ ਇਹ ਜ਼ਿਕਰ ਤਾਂ ਹੋਣਾ ਜਬ ਤੱਕ ਕਾਇਨਾਤ ਹੈ ਇਹ ਜ਼ਿਕਰ ਹੋ ਸੀ ਕਿ ਲਾਸ਼ 'ਤੇ ਵਾਅਦਾ ਕਰਕੇ ਟੁਰੀ ਆਈ ਇਤਨੇ ਤੱਕ ਨਵਲ ਸਾਂ ਜਿਤਨੇ ਤੱਕ ਸ਼ਾਮ ਦੀਆਂ ਦੀਵਾਰਾਂ 'ਤੇ ਜ਼ਿੰਦਾਬਾਦ ਨਾ ਲਿਖਵਾਇਆ ਬਹੁ ਔਖਾ ਦੀਨ ਮੱਚਿਆ ਇਸ ਦੀਨ ਪਿੱਛੇ ਡੇਰੇ ਵਾਲੇ ਉਹ ਇੰਨੇ ਨਬੀਆਂ ਦੇ ਪੁੱਤਰ ਹੀ ਨਹੀਂ ਰੁੱਲੇ ਵਰਨਾ ਉਹ ਵੀ ਜਿਹਦਾ ਭੇਰਾਵਾਂ ਤੂੰ ਪਰਦਾ ਆਈ ਜਿਹਦਾ ਕੱਦ ਪਿਓ ਅਲੀ ਨਹੀਂ ਡਿੱਠਾ ਅੱਲਾ ਜਾਣੇ ਉਹ ਨੌ ਨੌ ਮੀਲ ਤੁਰੀ ਕਿਵੇਂ ਹੈ ਕਿਆ ਜ਼ਾਕਿਰਾਂ ਨੋ ਬਜ਼ੁਰਗ ਜ਼ਾਕਿਰ ਅਹਿਮਦ ਬਖਸ਼ ਭੱਟੀ ਉਹ ਇੱਥੇ ਇੱਕ ਵਹਿਣ ਕਰਦਾ ਆਈ ਕਿ ਜਿਲੇ ਬੀਬੀ ਗਈ ਹੈ ਨਾ ਦਰਬਾਰ 'ਚ ਇਹ ਕਮੀਨਾ ਬੈਠਾ ਆਈ ਤਖ਼ਤ 'ਤੇ ਮੈਂ ਲਾਹਨਤ ਕਰਾਂ ਉਸਲੇ ਬੀਬੀ ਆਦੀ ਆ ਮੌਤ ਵੈਂਦੀ ਮੈਂ ਉਜੜੀ ਤੇ ਤੇਰੇ ਨਾਲ ਨਾ ਬੋਲਣਾ ਪਾਉਂਦਾ ਮੇਰੇ ਤਰਜ਼ ਕਲਾਮ ਦੇ ਸੁਣਨ ਕੀਤੇ ਗਿਆ ਬਾਬਾ ਤੇ ਕਿਵੇਂ ਨਾ ਚਾਹੀ ਮੈਂ ਉਜੜੀ ਦਾ ਮੇਰਾ ਗਾਜ਼ੀ ਜੀਂਦਾ ਅਰਮਾਨ ਹੀ ਹੈ 18 ਭੇਰਾਵਾਂ ਦੀ ਬੇਵਾਰਿਸ ਭੈਣ ਮਾਲਕ ਸਾਦਾਤ ਦੀ ਪੌੜੀ ਵਿਛਾਈ ਯਕੀਨਨ ਕਬੂਲ ਹੈ ਕਿਉਂਕਿ ਵਹਿਦੀ ਆ ਜ਼ਿਕਰੇ ਪਹਿਲੇ ਕਬੂਲ ਥੀਂਦਾ ਹੈ ਅਤੇ ਵੱਧ ਹੁੰਦਾ ਹੈ ਹਰ ਬੰਦੇ ਦੇ ਮੁਕੱਦਰ 'ਚ ਨਹੀਂ ਜ਼ਿਕਰ ਕਰਾਵਣਾ ਜ਼ਿਕਰ ਸੁਣਨਾ ਕਰਵੈਂਦੇ ਹੀ ਹਲਾਲੀ ਹੈ ਅਤੇ ਸੁਣਦੇ ਹੀ ਹਲਾਲੀ ਹੈ ਹੁਣ ਇਜਾਜ਼ਤ ਹੋਵੇ ਆਪਣੇ ਵਕਤ 'ਚ ਮਜਲਿਸ ਪੂਰੀ ਪੜ੍ਹ ਛੋੜਾਂ ਮਾਸ਼ਾ ਅੱਲਾਹ ਸਾਰਾ ਦਿਨ ਮਜਲਿਸ ਰਾਵਣੀ ਹੈ ਕਿਉਂਕਿ ਜ਼ਿਕਰ ਸੋਹਣਾ ਹੈ ਕੁਰਾਨ ਪੜ੍ਹਦੇ ਹੋ ਅੱਲਾ ਫਰਮਾਇਆ ਨਮਾਜ਼ ਬੁਰਾਈ ਤੋਂ ਰੋਕਦੀ ਹੈ ਇੰਨੀ ਗੱਲ ਨਮਾਜ਼ ਬੁਰਾਈ ਤੋਂ ਰੋਕਦੀ ਹੈ ਖਾਲਕ ਫਰਮਾਇੰਦਾ ਹੈ ਮੇਰਾ ਜ਼ਿਕਰ ਇਸੇ ਵੀ ਬੁਲੰਦ ਹੈ ਕਦੀ ਗੌਰ ਕੀਤਾ ਨੇ ਇਸਦਾ ਮਕਸਦ ਹੈ ਨਮਾਜ਼ ਇਹ ਅੱਲਾ ਦਾ ਜ਼ਿਕਰ ਇਹ ਫਰਜ਼ ਹੈ ਅੱਲਾ ਦਾ ਜ਼ਿਕਰ ਕਿਆ ਹੈ ਤਵਜੋ ਕਰਾਏ ਇਨ ਅੱਲਾਹਾ ਵ ਮਲਾਇਕਤੁ ਯੁਸੱਲੂਨਾ ਅਲਨ ਨਬੀ ਖਾਲਕ ਫਰਮਾਇੰਦਾ ਹੈ ਮੈਂ ਵੀ ਪੜ੍ਹਦਾ ਮੇਰੇ ਫਰਿਸ਼ਤੇ ਮਲਾਇਕ ਹੀ ਪੜ੍ਹਦੇ ਨੇ ਤੇ ਈਮਾਨ ਵਾਲੇ ਤੁਸਾਂ ਹੀ ਦਰੂਦ ਪੜ੍ਹਾ ਕਰੋ ਸਲਵਾਤ ਬਹੁਤ ਬੜੀ ਇਬਾਦਤ ਹੈ ਬੰਦੇ ਸਵਾਲ ਕਰਦੇ ਨੇ ਸ਼ੀਆ ਅਲਮ ਕਿਉਂ ਲੈਂਦੇ ਨੇ ਦਿਖਾਏ ਮੈਡੋ ਸ਼ੀਆ ਘਰਾਂ 'ਤੇ ਅਲਮ ਲੈਂਦੇ ਛੱਪਰ ਹੋਵੇ ਤਾਂ ਹੀ ਅਲਮ
ਜੇ ਮਹੱਲ ਹੋਵੇ ਤਾਂ ਵੀ ਅਲਮ, ਇਹ ਅਲਮ ਕਿਉਂ ਲੈਂਦੇ ਨੇ? ਤਵਜੋ ਹੈ ਨਾ ਮੇਰੇ ਪਾਸ, ਇਸੇ ਕਿਉਂ ਦਾ ਜਵਾਬ ਮੈਂ ਦਿੱਤਾ ਕਸੀਦੇ 'ਚ, ਅਸਾਂ ਅਲਮ ਕਿਉਂ ਲੈਂਦੇ ਹਾਂ, ਹੈ ਨਾ ਤਵਜੋ? ਹੁਣ ਬਾਈ ਤੁਹਾਡੀ ਅਗਰ ਇਜਾਜ਼ਤ ਹੋਵੇ ਤਾਂ ਮੈਂ ਜਵਾਬ ਸੁਣਾ ਦੇਵਾਂ, ਇੱਕ ਨਾਰਾ ਲੈ ਸੋ ਅਲੀ ਦੇ ਨਾਮ ਦਾ, ਬੁਲੀਏ ਫਕੀਰ ਦੀ ਇਹ ਘਰ ਹੁਬਦਾਰਾਂ ਦਾ ਅਲਮ ਇੱਥੋਂ ਨਹੀਂ ਅਲਮ ਸਹਾਰ, ਸਾਰੇ ਬੋਲੇ ਕਰੋ ਯਾਰ, ਅਲੀ ਵਲੀ ਉੱਲਾਹ, ਬੜੀ ਮਿਹਰਬਾਨੀ। ਇਹ ਅਲਮ ਸਹਾਰਾ ਹੈ ਅਸਾਂ ਗੁਨਾਹਗਾਰਾਂ ਦਾ, ਅਲਮ ਇੱਥੋਂ ਨਹੀਂ ਲਹਿਣਾ। ਸਰਚਾਤ ਮੇਰੇ ਪਾਸ ਦੇਖ, ਮੈਂ ਅਦਾਂ ਸਲਮ ਕਿਉਂ ਲੈਂਦੇ ਹਾਂ? ਅੱਬਾਸ ਦੀ ਅਜ਼ਮਤ, ਅੱਬਾਸ ਦੀ ਮਕਾਮ ਔਰ ਸ਼ਾਨ ਕਿਆ ਹੈ? ਅੱਬਾਸ ਇਮਾਮ ਨਹੀਂ ਲੇਕਿਨ ਪੰਜਾਂ ਦੀ ਆਸ ਜ਼ਰੂਰ ਹੈ। ਜਿਹੜੇ ਗਾਜ਼ੀ ਦੇ ਮੁਰੀਦ ਬੈਠੇ ਹੋ, ਕੌਣ ਅੱਬਾਸ, ਕਿਸ ਅਜ਼ਮਤ ਤੇ ਸ਼ਾਨ ਦਾ ਮਾਲਿਕ? ਮੁਲ ਬਨੀਨ ਦਲਾਲ ਅੱਲਾ ਕੁਵਾਜ਼ੀ ਤੇ ਨਾਵੇ, ਤਵੱਜੋ ਕਰੇ, ਮੈਂ ਬਿਸਮਿਲਾ ਕਰਾਂ। ਕੌਣ ਅੱਬਾਸ, ਕਿਸ ਅਜ਼ਮਤ ਤੇ ਸ਼ਾਨ ਦਾ ਮਾਲਿਕ? ਅਲੀ ਦਲਾਲ, ਤਾਂ ਹੀ ਤਾਂ ਮੈਂ ਪਿਆ ਥਾ ਸ਼ੇਰ ਪੂਰਾ ਪੇਪੜਦਾ, ਤਵੱਜ ਮੇਰੇ ਪਾਸ ਕਰਨੀ ਹੈ। ਬਾਕਰ ਸ਼ਾਹ, ਬਹੁਤ ਬੜਾ ਮਜਮਾ, ਸ਼ੇਰੋ ਸੁਣਾ ਵਾ, ਪੂਰਾ ਦੀ ਜ਼ਿਹਨ ਫਿਰਦਾ ਰਹੇ। ਇੱਕ ਬੰਦੇ ਮੇਰੇ 'ਤੇ ਸਵਾਲ ਕੀਤਾ, ਮੇਰੇ ਇਲਾਕੇ ਦਾ ਆਈ, ਉਸਦਾ ਕਿਹਾ ਸ਼ਾਹ ਜੀ ਮੈਂ ਕਰੋੜ ਤੋਂ ਵੀ ਜ਼ਿਆਦਾ ਕੋਠੀ ਬਣਾਈ ਹੈ, ਜ਼ਰਾ ਆ ਕੇ ਦੇਖੋ ਇਸ 'ਚ ਕਮੀ ਕਿਆ ਹੈ। ਮੈਂ ਡਿੱਠੀ, ਮੈਂ ਆਖਿਆ ਇਹ ਕਈ ਕੰਮ ਦੀ ਨਹੀਂ। ਕਸ਼ਾ ਜੀ ਵਜ੍ਹਾ, ਨੁਕਸ ਕਿਆ ਹੈ? ਜਿਹੜੀ ਗੱਲ ਮੈਂ ਕੀਤੀ ਹੈ, ਬੰਦੋਵਾਣੀ
कायमाला चोटी डेरा मवाली हलाली शिया सुनी बैठे हो उसा कह वजह क्या है क्यों कह काम नहीं मैं सुनवा कह बस सैयद दी गल सुन घर लेकिन यजीदी समाए बैठे हो या तुर गए हो करा मैं बिस्मिल्लाह करा उसका कशा जी मैं तो करोड़ तू ज्यादा लाया है तो तुसा पाया दे कहीं कम का नहीं उसकी वजह क्या है मैं आख्या वह सैयद की गल कल खोल के सुन ले ਉੱਠੇ ਕਹੇ ਕਮੀਨੇ ਦੇ ਮੁਹਤਾਜ ਨਾ ਹੋਵਨ ਅਲੀ ਅਲ ਵਲੀਉੱਲਾ ਮੈਂ ਬਿਸਮਿਲ੍ਲਾ ਕਰਾਂ ਮੈਂ ਆਖਿਆ ਵਾ ਸੁਣ ਸੈਯਦ ਦੀ ਗੱਲ ਕੰਨ ਖੋਲ ਕੇ ਹਾਂ ਬਈ ਇੱਕ ਕਸੀਦਾ ਉਹਦੇ ਬਾਅਦ ਤਬਰੁਕਾਂ ਨੂੰ ਵੇਖ ਰਹੇ ਮੈਂ ਸਾਹਿਬ ਤੁਹਾਡੀ ਹੈ ਇਜਾਜ਼ਤ ਜਿਹੜੇ ਪਿਛਲੇ ਬੈਠੇ ਹੋ ਹੁਣ ਇੱਕ ਕਸੀਦਾ ਉਹ ਪੜ੍ਹਦਾ ਜਿਹੜਾ ਬਾਵਾ ਅਠੱਤੀ ਵਾਲਾ ਪੜ੍ਹਦਾ ਅਗਰ ਤੁਹਾਡਾ ਮੂਡ ਹੋਵੇ ਤਾਂ ਹੈ ਨਾ ਮੈਂ ਨਾ ਕਰ ਬਿਸਮਿਲ੍ਲਾ ਕਰਾਂ ਜੀ ਇੱਕ ਨਾਰਾ ਇਹਦਾ ਵੱਡਾ ਮਾਰੋ ਨਾ ਤਾਂ ਕਿ ਉਹ
ਸੋਹਣੀ ਤਿਆਰੀ ਕਰਾਂ ਬਾਕਰ ਸ਼ਾਹ ਤੇਰੀ ਜੱਦ ਦੀ ਕਸਮ ਹੈ ਐਲਾਨ ਥੈਨ ਜੋ ਕੋਈ ਕੈਦੀ ਆਏ ਇਹ ਮੈਂ ਪਿਆ ਦਾਂ ਮੈਂ ਸੈਯਦਾਂ ਇੰਨਾ ਐਲਾਨ ਕੀਤਾ ਕੋਈ ਕੈਦੀ ਆਏ ਅਜਰੇ ਰਸਾਲਤ ਦੇਵਣ ਨਬੀ ਦੀ ਧੀ ਸਮਝ ਕੇ ਉਹ ਮੈਂ ਸਦਕੇ ਹੋ ਜਾਵਾਂ ਔਰਤਾਂ ਮਕਾਨਾਂ ਦੀਆਂ ਛੱਤਾਂ 'ਤੇ ਚੜੀਆਂ ਐਲਾਨ ਤਾਂ ਹਰ ਕੈਂ ਸੁਣੈ ਹਿੰਦਾਂ ਦੀ ਧੀਏ ਨਾ ਰਮ ਲੈ ਮੈਂ ਸਦਕੇ ਮੈਂ ਸੋਹਣੀ ਹੈ ਕੀ ਧੀਏ ਅਗਰ ਬਿਸਤਰ 'ਤੇ ਵੀ ਹਾਂਜਾ ਵੀ ਸੈਯਦ ਨੂੰ ਦੁਆ ਚ ਕਰੇ ਰਮਲਾ ਐਲਾਨ ਸੁਣੈ ਦੌੜ ਕੇ ਮਾਂ ਕੋਲ ਆਈ ਅੰਮਾ ਮੈਂ ਕੈਦੀ ਕਦਾ ਨਹੀਂ ਡਿੱਠੇ ਆਇਓ ਮੇਰਾ ਅੱਲਾ ਅੰਮਾ ਜੀ ਆਖੇ ਮੈਂ ਵੀ ਕੈਦੀ ਦੇਖਾਂ ਦੀ ਦਾ ਮੂੰਹ ਚੁਮਕਿਆ ਦੀ ਹਰ ਕੈਦੀ ਮੁਜਰਿਮ ਨਹੀਂ ਹੁੰਦਾ ਸੋਚ ਕੇ ਵੰਨੇ ਨਾਲੇ ਤਮਾਸ਼ਾ ਨਾ ਦੇਖੇ ਵੰਨ ਦੇਖਾ ਕੋਈ ਸ਼ਰੀਫ ਤਾਂ ਨਹੀਂ ਉਜੜ ਗਏ ਮੈਂ ਸਦਕੇ ਹੋ ਜਾਵਾਂ ਬਸ ਹੀ ਅਵੈਣ ਕਰਦਾ ਕਨੀਜ਼ਾਂ ਦੇ ਨਾਲ ਹਿੰਦਾਂ ਦੀ ਧੀ ਆਈਏ ਪਹਿਲੇ ਤਾਂ ਸਰ ਡਿੱਠੇ ਮੈਂ ਨੌਕਰਾਂ ਇੱਕ ਉਹ ਸਰ ਡਿੱਠਾ ਜਿਹਦੇ ਮੂੰਹ ਚੋਂ ਖੀਰ ਪਿਆਵਾਂਗਾ ਹਸਰਤ ਦੀ ਅੰਗਲ ਮੂੰਹ ਚ ਪਾ ਕੇ ਆਦੀ ਇਹ ਜੰਗ ਨਹੀਂ ਜ਼ੁਲਮ ਹੋਇਆ ਵਾਹ ਵਾਹ ਮੈਂ ਨੌਕਰਾਂ ਬਾਬਾ ਤੇਰੇ ਪੁੱਤਰਾਂ ਦੀ ਹਯਾਤੀ ਹੋਵੇ ਜੀ ਕਰੋ ਰਮਲਾ ਸਰ ਡਿੱਠੇ ਜਿਹਦੇ ਮੂੰਹ ਚ ਤਾਜ਼ਾ ਖੀਰ ਪਿਆਵਾਂਗਾ ਮੂੰਹ ਤੇ ਮਾਤਮ ਕਰਕੇ ਆਦੀ ਜੰਗ ਨਹੀਂ ਕੋਈ ਜ਼ੁਲਮ ਹੋਇਆ ਹੈ ਕਹਿ ਸ਼ਰੀਫ ਦਾ ਘਰ ਉਜੜੈ ਵਤ ਵੱਲ ਕੇ ਡਿੱਠਲ ਤਾਂ ਇੱਕ ਰੱਸੀ ਆਈ ਸਤਾਰਾਂ ਬੀਬੀਆਂ ਹਨ ਰੋਂਦੀ ਵੱਲੀ ਹੈ ਜਦਾ ਮਾਂ ਰੋਂਦਾ ਡਿੱਠਲ ਆਦੀ ਸਵਾਰ ਅਲੀ ਦੀਆਂ ਧੀਆਂ ਦੇ ਹੱਥ ਇੰਜ ਬੰਨ ਜਦਾਂ ਇਹ ਗੱਲ ਕੀਤੀ ਦੰਮਾ ਆਦੀ ਜੀ ਮੈਂ ਲੱਲਾ ਅੰਮਾ ਇਹ ਕੋਈ ਅਜੀਬ ਕੈਦੀਆਂ ਇਹਨਾਂ ਦੇ ਜਵਾਨੀ ਮਾਰ ਇਹਨਾਂ ਦੇ ਨਾਦਾਨੀ ਮਾਰ ਇਹਨਾਂ ਦੇ ਪਰਦੇਦਾਰ ਹੀ ਕੈਦ ਹੈ ਉਹ ਮੈਂ ਸਦਕੇ ਹੋ ਜਾਵਾਂ ਅੰਮਾ ਜਦਾਂ ਮੈਂ ਉਹ ਸਰ ਡਿੱਠੇ ਨਾ ਜਿਹਦਾ ਖੀਰ ਪਿਆਵਾਂਗਾ ਤੇ ਮੈਂ ਜੋ ਰੁਨੀ ਆ ਇੱਕ ਚਿੱਟੇ ਸਿਰਾਲੀ ਬੀਬੀ ਆਦੀ ਕਿਉਂ ਰੋਂਦੀ ਵਾਹ ਵਾਹ
ਮੇਰੇ ਕੋਲ ਆ ਕਹਿੰਦੀ ਧੀ, ਮੈਂ ਆਖਿਆ ਮੈਂ ਹਿੰਦਾਂ ਦੀ ਧੀ ਆ, ਅੰਮੋ ਬੀਬੀ ਤੇਰੇ ਨਾਂ ਤੂੰ ਵਾਕਿਫ ਆਈ, ਉਹ ਤਾਂ ਬਾਲੀ ਤੇ ਕੁ ਜਾਣ ਦਿਆ ਜਿਹੜਾ ਆਖਦ ਨਾ ਆਪਣੀ ਮਾਂ ਕੋ ਵੰਜ ਕੇ ਆਖ ਤੇਰੇ ਸ਼ਹਿਰ ਚ ਮੈਂ ਕੈਦ ਹੋ ਕੇ ਆਈ ਆ। ਮੈਂ ਆਖਿਆ ਬੀਬੀ ਵੋ ਮੇਰੀ ਮਾਂ ਕੋ ਕਿਵੇਂ ਜਾਣਦੀ ਏ, ਉਹ ਬੀਬੀ ਆਦੀ ਆਪਣੀ ਮਾਂ ਕੋ ਵੰਜ ਕੇ ਆਖ ਚ ਜੀ ਮੈਂ ਨੌਕਰ, ਉਹ ਬੀਬੀ ਰੋ ਕੇ ਆਦੀ ਆਪਣੀ ਮਾਂ ਕੋ ਵੰਜ ਕੇ ਆ। Thank you.